ਹੈਲੋ एवरीवन ਪੰਜਾਬ एग्जाम ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅੱਜ ਦੀ ਆਪਣੀ ਗ੍ਰਾਸ ਸਵਿਚ ਗਿਆ ਹੈ ਕਿਉਂਕਿ ਕਾਫੀ ਬੱਚਿਆਂ ਨੇ ਮੈਨੂੰ ਕਮੈਂਟ ਆਈ ਸੀ ਕਿ ਇਸ ਸਵਿਚ ਗਿਆ ਦੇ ਕਲਾਸ ਲੈ ਕੇ ਆਉਣੀ ਹੈ ਤੇ ਇਸ ਤੋਂ ਅਗਲੀ ਆਪਣੀ ਇਲੂਮਿਨੇਸ਼ਨ ਦੀ ਹੋਏਗੀ ਅੱਜ ਆਪਾਂ 3 ਕਵਸਚਨ ਕਰਾਂਗੇ ਪਰ ਸ਼ਾਮ ਵਾਲੀ ਕਵਸਚਨ ਥੋੜੀ ਲੰਬੀ ਹੋਏਗੀ ਉਸ ਤੋਂ ਆਪਾਂ ਅਨ ਦੇਖਾਂਗੇ ਕਿ ਕੋਸ਼ਿਸ਼ ਕਰਾਂਗੇ ਵੀ 50 ਕੁਸਚਨ ਦਾ ਪਕਰਈਏ ਇੱਕ ਉੱਤੋਂ ਕੱਟੇ ਤਾਂ ਇਹ ਕੁਝ ਕੁ ਬੱਚਾ ਇਨਾਮ ਸੀਗੇ ਜਿੰਨੇ ਕਮੈਂਟ ਕੀਤੇ ਸੀ ਗੌਰਵ ਕੰਬੋਜ ਨੇਮ ਬਿਲਵੀ ਰਿਫਲੈਕਟਡ ਸੋਨੂ ਜੀ ਤੇ ਸੁਨੀਲ ਮੈਰਾ ਆਪਾਂ ਦੇਖਦੇ ਆਪਾਂ ਪਹਿਲਾ ਕੁਸਚਨ ਸਵਿਚ ਗਿਆਰ ਇੱਕ ਡਿਵਾਈਸ ਹੈ ਕਿਹੜਾ ਦੋਨ ਡਿਵਾਈਸ ਹੈ ਤਾਂ ਸ ਵਿੱਚ ਗਿਆਰ ਸਵਿਚਿੰਗ ਤੇ ਕੰਟਰੋਲਿੰਗ ਪ੍ਰੋਟੈਕਟਿੰਗ ਡਿਵਾਈਸ ਹੁੰਦਾ ਹੈਗਾ ਇਹ ਆਏਗਾ ਪਰ অপਸ਼ਨ ਡੀ ਕੀ ਕਹਿੰਦੀ ਹੈ ਇਲੈਕਟ੍ਰਿਕ ਸਰਕਟ ਤੇ ਇਕੁਪਮੈਂਟ ਹੈ। ਦੱਸ ਵਿੱਚ ਗਿਰ ਲੈ ਕੇ ਦੋਨੋਂ ਹੀ অপਸ਼ਨ ਸਹੀ ਨੇ। ਪਰ ਜੇ ਸਾਨੂੰ ਇਹ ਦੋਨੇ ਕਾ অপਸ਼ਨ ਉੱਥੇ ਆ ਜਾਵੇ ਪੇਪਰ 'ਚ ਤਾਂ ਤੁਸੀਂ ਕੀ ਲਗਾਉਂਗੇ? ਇਲੈਕਟ੍ਰਿਕ ਸਰਕਟ ਹੈ ਤੇ ਇਕੁਪਮੈਂਟ ਹੈ। ਆਰਥਿੰਗ ਆਰਚ ਕੀ ਨੇ? ਮੈਟ ਅੰਲੇ ਟੁਕੜੇ ਨੇ ਜਿੰਨਾ ਵਿੱਚ ਆਰਕ ਬਣਦੀ ਹੈ ਜਦੋਂ ਓਪਨਿੰਗ ਆਪਰੇਸ਼ਨ ਹੋਵੇ। ਤੁਸੀਂ ਆਪਣੇ ਕਲਾਸ ਦੇਖਣਾ ਨਾ ਭੁੱਲਿਆ ਕਰੋ। ਜਾ ਕੇ ਆਪਾਂ ਬਾਕੀ ਮੰਗੂ ਦੇਖ ਲਈ ਮਟੀਰੀਅਲ ਚੱਕਿਆ ਕਾਪੀ ਪੇਸ ਤੇ ਕੀਤਾ ਬਸ ਪਹਿਲਾਂ ਆਪਾਂ ਪੜਦੇ ਆਂਗੇ ਉਸ ਤੋਂ ਬਾਅਦ ਤਿਆਰੀ ਕਰਵਾਨੇ ਆ ਇੱਕ ਆਈਸੋਲੇਟਰ ਕੀ ਹੈ ਆਈਸੋਲੇਟਰ ਇੱਕ ਸਰਕਟ ਹੁੰਦਾ ਹੈ ਬਿਨਾਂ ਲੋਡ ਦੇ ਸਰਕਟ ਖੁੱਲਣ ਲਈ ਤੇ ਇਹ ਨੋ ਲੋਡ ਦੇ ਆਪਰੇਟ ਹੁੰਦਾ ਹੈ ਨੋ ਲੋਡ ਆਫ ਲੋਡ ਕੁਝ ਵੀ ਆ ਸਕਦਾ ਤੁਹਾਨੂੰ ਦੋਨੇ ਇੱਕੋ ਹੀ ਗੱਲ ਨੇ ਇੱਕ ਆਈਸੋਲੇਟਰ ਇੰਸਟਾਲਡ ਹੈ ਕਿੱਥੇ ਇੰਸਟਾਲ ਕੀਤਾ ਜਾਂਦਾ ਹੈ ਸਰਕਟ ਬ੍ਰੇਕਰ ਦੀ ਰਿਲੇ ਨੂੰ ਆਪਰੇਟ ਕਰਨ ਦੇ ਲਈ অপਸ਼ਨ ਸੀ ઓਇਲਸ ਵਿੱਚ ਵਰਤੇ ਜਾਂਦੇ ਹਨ ਕਿੱਥੇ ਵਰਤੇ ਜਾਂਦੇ ਨੇ ઓਇਲਸ ਵਿੱਚ ਜ਼ਿਆਦਾ ਵੋਲਟੇਜ ਤੇ ਘੱਟ ਕਰੰਟ ਦੇ ਸਰਕਟ ਲਈ অপਸ਼ਨ ਸੀ ઓਇਲਸ ਵਿੱਚ ਆ ਵਿੱਚ ਔਇਲ ਦੇਣ ਦਾ ਮੁੱਖ ਕਾਰਨ ਕੀ ਹੈ ਔਇਲ ਦੇਣ ਦਾ ਕੀ ਕਾਰਨ ਹੈ ਟੂ ਕਾਲ ਐਂਡ ਕਵੈਂਚ ਦਾ ਆਰਕ दैट ਟੈਂਡ ਟੂ ਫਾਰਮ ਵੈਨ ਦਾ ਸਰਕਟ ਇਜ਼ ਓਪਨ ਬੀਆਰਕ ਨੂੰ ਕੋਲ ਤੇ ਕੁਐਂਚ ਦੇ ਦੇਣ ਦੇ ਲਈ ਵਰਤੇ ਜਾਂਦੇ ਨੇ ਤਾਂ ਕਿ ਤਾਂ ਕਿ ਇਹ ਪਰਫਾਰਮ ਕਰ ਸਕੇ ਜੋ ਸਰਕਟ ਓਪਨ ਹੁੰਦਾ ਹੈਗਾ ਇੱਕ ਫਿਊਜ ਹੁਜੋ ਦਿੱਤਾ ਹੈ ਅਗਲਾ ਕੁਐਸਚਨ ਪੁੱਛ ਲੈਣੇ ਕਿਵੇਂ ਹੋਵੇਗਾ ਤਾਂ ਫਿਊਜ ਜੀ ਪਿਗਲਣ ਅੰਕ ਬਹੁਤ ਘੱਟ ਹੁੰਦਾ ਹੈਗਾ ਤੇ ਪਿਗਲਣ ਨਾਲ ਹੁੰਦਾ ਹੈ ਜਦੋਂ ਸਰਕਟ ਦੇ ਵਿੱਚ ਕਰੰਟ ਜਿਆਦਾ ਅਜੇ ਆਉਂਦਾ ਹੈ ਪਿਗਲ ਜਾਂ ਲੈਂ ਇੱਕ ਫਿਊਜ ਕਿਹੜੇ ਇਲੈਕਟ੍ਰਿਕ ਯੰਤਰ ਦੇ ਆਧਾਰ ਕਿਹੜੇ ਇਲੈਕਟ੍ਰਿਕ ਕਰੰਟ ਰੇ ਕਿਹੜੇ ਅਸਰ ਤੇ ਉਪਰਿਤ ਕਰਦਾ ਹੈ ਤਾਂ ਫਿਊਜ ਹੀਟਿੰਗ ਵਾਲੀ ਮਦਦੇ ਕੰਮ ਕਰਦਾ ਹੈਗਾ ਹੀਟਿੰਗ ਦੇ ਅਸਰ ਚੁੰਬਕੀ ਅਸਰ ਤਾਂ ਹੋ ਸਕਦਾ ਹੈਗਾ ਆਪਸ਼ਨ ਬੀ ਵੀ ਨਹੀਂ ਆ ਸਕਦੀ ਫਿਊਜ ਦੀ ਰੇਟਿੰਗ ਕਿੱਚ ਲਿਖੀ ਜਾਂਦੀ ਹੈ ਤਾਂ ਜਿਹੜੀ ਫਿਊਜ ਦੀ ਰੇਟਿੰਗ ਹੈ ਉਹ ਐਂਪੀਅਰ ਦੇ ਵਿੱਚ ਹੁੰਦੀ ਹੈ ਪਰ ਐਂਪੀਅਰ ਦੀ ਇੱਥੇ ਇਕਾਈ ਕੀ ਕਾਦੀ ਹੈ ਕਰੰਟ ਦੀ ਇਕਾਈ ਹੈ ਤਾਂ ਅਗਰ ਕਿ ਆਪਸ਼ਨ ਬੀ ਆ ਜਾਏਗਾ ਪੈਪਰਸ ਨੂੰ ਐਂਪੀਅਰ ਵੀ ਲਿਖ ਸਕਦਾ ਹੈ ਕਰੰਟ ਵੀ ਲਿਖ ਸਕਦਾ ਹੈ ਇੱਕ ਫਿਊਜ਼ ਦਾ ਫਿਊਜ਼ ਕਰੰਟ ਅਨੁਪਾਤੀ ਹੈ ਦੇ ਫਿਊਜ਼ਤ ਦੇ ਫਿਊਜ਼ ਤਾਰ ਦਾ ਵਿਆਸ ਹੈ ਤਾਂ ਕਿੰਨਾ ਹੋਏਗਾ ਵਿਆਸ ਦੇ 3 ਬਤੇ 2 ਅਨੁਪਾਤ ਜੇਕਰ ਇੱਕ ਐਗਜ਼ਿਸਟਿੰਗ ਤਾਰ ਨੂੰ ਸਾਪੇਕ ਇੱਕ ਪ੍ਰਤੀਰੋਧਤਾ ਦੀ ਫਿਊਜ਼ ਤਾਰ ਨਾਲ ਬਦਲਿਆ ਜਾਵੇ ਤਾਂ ਕੀ ਹੋਏਗਾ অপশন সি হৃদউস্ত கரেন্ট রেটিং দি ফিউজ তার ਵਰਤੀ ਜਾਵੇਗੀ। ਇੱਕ ਡਿਲੇ ਫਿਊਜ ਇਹਥੇ ਲਿਖਿਆਂ ਦੀ ਰੱਖਿਆ ਲਈ ਹੈ। ਡਿਲੇ ਫਿਊਜ ਕਿਦੇ ਰੱਖਿਆ ਕਰਦਾ ਹੈ? ਤਿੰਨ ਫੇਜ਼ ਮੋਟਰਾਂ ਵਾਸਤੇ ਵਰਤੇ ਜਾਂਦਾ ਹੈ। ਇੱਕ ਫਿਊਜ ਜੁੜਦਾ ਹੈ। ਫਿਊਜ ਨੂੰ ਕਿਵੇਂ ਜੋੜਿਆ ਜਾਂਦਾ ਹੈ? ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ ਹੈ ਸਰਕਟ ਦੇ ਨਾਲ। অপশন এ ਫਿਊਜ ਤਾਰਾਂ ਆਮ ਕਰਕੇ ਕਾਧੇਆਂ ਬਣੀਆਂ ਹੁੰਦੀਆਂ ਨੇ। तो जो फ्यूज तारा ने तीन तिलैरी बनी होंगी है त करके ऑप्शन बी ए का सही आंसर आ गया रिवायरेबल फ्यूज की तो तुलना एक एच आर सी रोंग है सी है एच आर सी फ्यूज की रखता उच है उच्च रैपचरिंग कैपैसिटी बिल्कुल फुलफॉर्म ही है हाई रैप्चरिंग कैपेसिटी उच्च स्पीड का ओपरेशन यह भी सही आ जाएगा ਕੋਈ ਏਜਿੰਗ ਦਾ ਸਰ ਨਹੀਂ ਇਹ ਵੀ ਸਹੀ ਹੈ ਜਾਂ ਉਪਰੋਂ ਸਭ ਤਾਂ ਆਪਸ਼ਨ ਡੀ ਦਾ ਅਨਸਰ ਆ ਜਾਏਗਾ ਸਾਰੇ ਆ ਜਾਣਗੇ ਇਸ ਅਨਸਰ ਆ ਕੇ ਦੇਖਦੇ ਹਾਂ ਇਹ ਇੱਥੇ ਲਿਖਿਆ ਵਿੱਚ ਕਿਹੜਾ ਸਥਿਤੀ ਲੋਡ ਦੇ ਦਿੰਦਾ ਹੈ ਤਾਂ ਸਥਿਤੀ ਲੋਡ ਕਿਹੜਾ ਦਿੰਦਾ ਹੈ ਹੀਟਿੰਗ ਲੋਡ ਆਪਸ਼ਨ A ਇਹ ਇੱਥੇ ਲਿਖਿਆ ਵਿੱਚੋਂ ਕਿਸਮ ਤੇਰੇ ਨਾਲ ਬਣੀ ਫਿਊਜ ਤਾਰ ਦਾ ਸ਼ਾਰਪ ਪਿਘਲਾਉਣ ਦਾ ਚਾਏ ਤ aeration ਸਰਕਟਾ ਸਿਲਵਰ ਆਏਗਾ। ਟੈਂਟੇ ਲਾਇਟਰ ਦਾ ਬਹੁਤ ਘੱਟ ਹੁੰਦਾ ਹੈਗਾ। ਸਿਲਵਰ ਦਾ ਜ਼ਿਆਦਾ ਹੁੰਦਾ ਹੈ। ਇੱਕ ਦਿੱਤੇ ਹੋਏ ਆਕਾਰ ਦੀ 모ਟਰ ਲਈ ਇੱਕ ਇੰਡਕਸ਼ਨ 모ਟਰ ਰਿਫਿਊਜ਼ ਰੇਟਿੰਗ ਨਿਰਪਰ ਕਰਦੀ ਹੈ। ਕਿਸ ਤੇ ਕਰਦੀ ਹੈ 모ਟਰ ਨੂੰ ਸ਼ੁਰੂ ਕਰਨ ਦੇ ਨਿਯਮ ਤੇ অপਸ਼ਨ ਡੀ। ਇੱਕ 모ਟਰ ਸਰਕਟ ਵਿੱਚ ਫਿਊਜ਼ 8 ਲਿਖਿਆ ਲਈ ਪ੍ਰੋਟੈਕਸ਼ਨ ਦਿੰਦਾ। ਕਿਹੋ ਜਿ ਕਿਸ ਤੋਂ ਪ੍ਰਤਿਕਸ਼ਨ ਦਿੰਦਾ ਹੈ ਸ਼ੋਰ ਸਰਕਟ ਤੇ ਤੇ ਓਵਰਲੋਡ ਹੋਣ ਤੇ ਆਪਸ਼ਨ ਬੀ ਇੱਕ ਇੱਕ ਡੀਸੀ ਸਰਕਟ ਲਈ ਫਿਊਜ਼ ਤਾਰ ਲੱਗਦੀ ਹੈ ਇਹ ਥਲੀਆਂ ਵਿੱਚੋਂ ਸਿਰਫ ਪੋਜ਼ੀਟਿਵ ਸਿਰਫ ਨੈਗੇਟਿਵ ਦੋਵੇਂ ਪੋਜ਼ੀਟਿਵ ਤੇ ਨੈਗੇਟਿਵ ਸਰਕਟ ਹੈ ਤਾਂ ਆਨਸਰ ਸੀ ਰ ਸਹੀ ਆਨਸਰ ਹੈ ਇੱਕ ਫਿਊਜ਼ ਵਾਇਰ ਹੋਣੀ ਚਾਹੀਦੀ ਹੈ ਘੱਟ ਪ੍ਰਤੀਰੋਧ ਤੇ ਜਿਆਦਾ ਉੱਚਾ ਪਿਗਲਾ ਉਦਰਜਾ ਘੱਟ ਪ੍ਰਤੀਰੋਧ ਤੇ ਘੱਟ ਪਿਕਲਾਉ ਦਰਜਾ ਉੱਚਾ ਪ੍ਰਤੀਰੋਧ ਉੱਚਾ ਪਿਕਲਾਉ ਦਰਜਾ ਆਪਸ਼ਨ ਡੀ ਆਪਣੀ ਸਹੀ ਆਨਸਰ ਆ ਜੂਗੀ ਉੱਚਾ ਪ੍ਰਤੀਰੋਧ ਤੇ ਘੱਟ ਪਿਕਲਾਉ ਦਰਜਾ ਇੱਕ ਤਿੰਨ ਫੇਜ ਇੰਡਕਸ਼ਨ ਮੋਟਰ ਰੇ ਸਰਕਟ ਵਿੱਚ ਫਿਊਜ਼ ਦੀ ਰੇਟਿੰਗ ਜ਼ਿਆਦਾ ਤੋਂ ਜ਼ਿਆਦਾ ਹੋਵੇਗੀ ਜਦੋਂ ਮੋਟਰ ਇਹ ਥਲਿਖਾਂ ਦੁਆਰਾ ਚੱਲੇਗੀ ਫਿਊਜ਼ ਦੀ ਰੇਟਿੰਗ ਕਦੋਂ ਸਭ ਤੋਂ ਵੱਧ ਹੋਏਗੀ ਡੀਓਐਲ 733 ਆਪਸ਼ਨ 4 ਇੱਕ ਐਚਆਰਸੀ ਫਿਊਜ਼ ਮੇਜਰ ਪੋਰਸ਼ਨ ਵਿੱਚ ਪੈਦਾ ਹੋਈ ਗਰਮੀ ਖਾਪਤ ਹੁੰਦੀ ਹੈ ਇਹਦੇ ਵਿੱਚ ਕੰਡਕਸ਼ਨ ਲੈ ਕੇ ਆਵਾਂਗੇ ਇੱਕ ਵਾਰ ਜੇਈ ਦੀ ਕਲਾਸ ਦੇ ਵਿੱਚ ਲੈ ਕੇ ਆਵਾਂਗੇ ਬੈਲੈਂਸ ਥਿਉਰੀ ਹੁੰਦੀ ਹੈ ਇਹ ਕੰਡਕਸ਼ਨ ਬੈਡ ਹੁੰਦਾ ਜਿਸ ਵਿੱਚ ਪਾਵਰ ਬਿਟਨ ਗੈਪ ਹੁੰਦਾ ਹੈ ਤੇ ਬੈਲੈਂਸ ਬੈਡ ਹੁੰਦਾ ਹੈ ਇਹ ਤਿੰਨੋਂ ਹੀ ਬਹੁਤ ਜ਼ਰੂਰੀ ਹੁੰਦੀਆਂ ਨੇ ਅੱਗੇ ਦੇਖਦੇ ਹਾਂ ਇਹ ਥੱਲੇ ਲਿਖਿਆ ਵਿੱਚੋਂ ਕਿਹੜਾ ਮਟੀਰੀਅਲ ਆਕਸੀਡੇਸ਼ਨ ਨੂੰ ਜ਼ਿਆਦਾ ਸਸਪੈਕਟ ਜ਼ਿਆਦਾ ਹੈ ਇਹ ਸ਼ਾਦਰੂਪਨ ਕੀ ਲਿਖਿਆ ਹੈ ਬਾਕੀਆਂ ਦੀ ਤੁਲਨਾ ਵਿੱਚ ਤਾਂ ਹੈਗਾ ਐਚ ਆਰ ਸੀ ਫਿਊਜ ਉੱਚ ਰੈਪਚਰਿੰਗ ਕੈਪੈਸਿਟੀ ਐਚ ਆਰ ਸੀ ਦੀ ਫੁੱਲ ਫਾਰਮ ਹੈ ਇਹ ਦੇਮਨ ਕੋਈ ਕੁਸ਼ਕਾ ਫਿਊਜ ਦੀ ਫੁੱਲ ਫਾਰਮ ਤੁਹਾਨੂੰ ਕਮੈਂਟ ਬਾਕਸ ਤੇ ਪਿੰਨ ਕਰ ਦੂੰਗਾ ਤੇ ਟੈਲੀਗ੍ਰਾਮ ਤੇ ਚੈਨਲ ਚੈਨਲ ਤੇ ਪਾ ਦਾਂਗਾ ਉੱਥੋਂ ਤੁਸੀਂ ਦੇਖ ਸਕਦੇ ਹੋ ਇਹ ਮੈਂ ਰਾਤ ਨੂੰ ਤੁਹਾਨੂੰ ਭੇਜ ਦਾਂਗਾ ਫਿਰ ਦੀ ਪਿੱਕ ਫਿਊਜ ਦੁਆਰਾ ਪ੍ਰोटेक्शन niche ਲਿਖਿਆ ਵਿੱਚੋਂ ਕਿਸ ਤੋਂ ਘੱਟ ਨਹੀਂ ਹੋਣੀ ਚਾਹੀਦੀ ਤਾਂ ਮਿਨੀਮਮ ਫਿਊਜ ਰਹਿਣੀ ਕਿੰਨੀ ਹੁੰਦੀ ਹੈ ਆਪਣੀ 100 ਐਂਪੀਅਰ ਇਹ ਲਿਖਿਆ ਵਿੱਚੋਂ ਕਿਹੜਾ ਤਰਲ ਫਿਊਜਾਂ ਦੇ ਤੌਰ ਤੇ ਵਰਤੇ ਜਾਂਦੇ ਹੈ ਤੈਰਾ ਆਨਸਰ ਹੈ অপਸ਼ਨ A ਕਾਰਬਨ ਟੈਟਰਾਕਲੋਰਾਈਡ ਫੇਜ 'ਚ ਕਦੇ ਵੀ ਨਹੀਂ ਸ਼ਾਰਟ ਹੁੰਦਾ ਫੇਜ ਲਾਈਨ ਵਿੱਚ DC ਸਰਕਟ ਦੇ ਪੋਜ਼ਿਟਿਵ 'ਚ DC ਸਰਕਟ ਨੈਗੇਟਿਵ 'ਚ ਇਹ ਦੋਨ ਤਾਂ ਹੁੰਦੇ ਨੇ ਆਪਾਂ ਪਿੱਛੇ ਕਰਕੇ ਆਏ ਸੀਗੇ ਤਾਂ ਨਿਊਟਰਲ ਵਾਰ ਦੇ ਵਿੱਚ ਇਹ ਆਨਸਰ ਸਹੀ ਆ ਗਿਆ ਨਿਊਟਰਲ ਵਾਰ ਦੇ ਵਿੱਚ ਇੰਸਾਟ ਨਹੀਂ ਹੁੰਦਾ ਹਮੇਸ਼ਾ ਫੇਜ ਦੇ ਵਿੱਚ ਹੋਏਗਾ एचआरसी फ्युचर रखਦਾ ਹੈਗਾ ਕੀ ਰੱਖਦਾ ਹੈਗਾ ਲੀਨੀਅਰ ਟਾਈਮ ਕ੍ਰਾਂਟ ਗੁਣ ਇਨਵਰਸ ਟਾਈਮ ਜਾਂ ਕ੍ਰਾਂਟ ਗੁਣ ਤਾਂ অপਸ਼ਨ ਬੀ ਇਹਦਾ கரੈਕਟ ਆਨਸਰ ਹੈ 10 ਮਿੰਟ ਹੋ ਗਏ ਚਲੋ ਬਾਕੀ ਆਪਾਂ ਸ਼ਾਮ ਨੂੰ ਲੈ ਕੇ ਆਵਾਂਗੇ ਨਹੀਂ ਫਿਰ ਜੇ ਆਪਾਂ ਇੱਕ ਹੋਰ ਕਰਨ ਲੱਗੇ ਫਿਰ ਵੀਡੀਓ ਹੀ ਆ ਲੰਬੀ ਹੋ ਜਾਏਗੀ ਸੋ ਸ਼ਾਮ ਨੂੰ 7 ਵਜੇ ਆਪਾਂ ਕਲਾਸ ਲੈ ਕੇ ਆਵਾਂਗੇ ਉਹ ਦੇਖਣਾ ਨਾ ਭੁੱਲਿਓ